ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਪਿੰਡ ਕਾਲੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਸੰਧੂ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਪੰਜ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਆਰੰਭ ਕਰਵਾਏ ਗਏ ਸਨ, ਉਹਨਾਂ ਦੇ ਭੋਗ ਪੈਣ ਉਪਰੰਤ ਜੁਗੋ ਜੁਗ ਅਟਲ ਤਰਨ ਤਾਰਨ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੇ ਧਾਰਮਿਕ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਵੀ ਸ਼੍ਰੀ ਜੱਥਾ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਜੋੜ ਮੇਲੇ ਦੇ ਮੌਕੇ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਲੋੜਵੰਦ ਪਰਿਵਾਰਾਂ ਦੀ ਲੜਕੀ ਦੇ ਸਮੂਹਿਕ ਆਨੰਦ ਕਾਰਜ ਧਾਰਮਿਕ ਰਹਿਤ ਮਰਿਆਦਾ ਅਨੁਸਾਰ ਕਰਵਾਏ ਗਏ ਅਤੇ ਨਵ ਵਿਆਹ ਜੋੜਿਆਂ ਨੂੰ ਅੰਤਰਗਤ ਕਮੇਟੀ ਮੈਂਬਰ ਜਥੇਦਾਰ ਮਗਵਿੰਦਰ ਸਿੰਘ ਖਾਪੜ ਖੇੜੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਾਬਾ ਸਿੰਘ ਉਮਾਨਪੁਰਾ, ਵਾਰਡ ਕੌਂਸਲਰ ਜਥੇਦਾਰ ਸੁਰਜੀਤ ਸਿੰਘ ਪਹਿਲਵਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਹਰਦੇਵ ਸਿੰਘ ਠੇਕੇਦਾਰ ਆਦਿ ਨੇ ਆਸ਼ੀਰਵਾਦ ਦੇ ਨਾਲ ਨਾਲ ਪ੍ਰਬੰਧਕ ਕਮੇਟੀ ਵੱਲੋਂ ਮੁਹੱਈਆ ਕਰਵਾਏ ਗਏ ਲੜਕੀਆਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਆਉਣ ਵਾਲਾ 11,000 ਰੁਪਏ ਦਾ ਸਮਾਨ ਦੇਣ ਮੌਕੇ ਸਾਂਝੇ ਤੌਰ 'ਤੇ ਕਿਹਾ ਕਿ ਲੜਕੀਆਂ ਵੀ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ। ਇਹਨਾਂ ਤੋਂ ਬਿਨਾਂ ਸਮਾਜਿਕ ਰਸਮਾਂ, ਰੀਤੀ ਰਿਵਾਜ਼ ਅਤੇ ਖੁਸ਼ੀਆਂ ਵੀ ਅਧੂਰੀਆਂ ਲੱਗਦੀਆਂ ਨੇ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੀ ਸੋਚ ਬਦਲ ਕੇ ਲੜਕੀਆਂ ਵਾਂਗ ਧੀਆਂ ਨੂੰ ਵੀ ਉਹਨਾਂ ਦਾ ਬਣਦਾ ਮਾਣ ਸਤਿਕਾਰ ਅਧਿਕਾਰ ਦੇਣੇ ਚਾਹੀਦੇ ਨੇ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਇਸੇ ਸੋਚ ਨੂੰ ਲੈ ਕੇ ਉਹ ਲੋੜਵੰਦ ਧੀਆਂ ਦੇ ਬਾਬਲ ਬਣ ਕੇ ਗੁਰੂ ਮੇਹਰ ਸਾਹਿਬ ਤੱਕ ਧੀਆਂ ਦੀਆਂ ਡੋਲੀਆਂ ਨੂੰ ਰਵਾਨਾ ਕਰਨਾ ਨਿਵਾਣਾ ਜਿਹਾ ਉਪਰਾਲਾ ਕਰ ਰਹੇ ਨੇ। ਆਪਣੀ ਵਾਰਦਾਤ ਤੇ ਅਮਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਜੀਤ ਸਿੰਘ, ਪੰਜਾਬ ਸਿੰਘ ਵਾਰਡ ਦਾ ਕੌਂਸਲਰ ਹਾਂ। ਅਸੀਂ ਇੱਥੇ ਅੱਜ ਸ਼੍ਰੀ ਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਦੇ ਜੋ ਜੋੜ ਮੇਲਾ 13 ਫੱਗਣ ਨੂੰ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਮੁੱਖ ਸੇਵਾਦਾਰ ਸਰਦਾਰ ਅਮਰੀਕ ਸਿੰਘ ਜੀ, ਬਾਕੀ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹਨ, ਸਾਰੇ ਗੁਰਦੁਆਰਾ ਸਾਹਿਬ ਦੇ ਇਲਾਕਾ ਨਿਵਾਸੀ, ਬੜੇ ਹੀ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ। ਇਹਦੇ ਵਿੱਚ ਅਸਾਂ ਅੱਜ 5 ਗਰੀਬ ਪਰਿਵਾਰਾਂ ਦੇ ਬੱਚਿਆਂ ਬੱਚੀਆਂ ਦੇ ਆਨੰਦ ਕਾਰਜ ਕਰਵਾਏ ਹਨ, ਜਿਹੜੇ ਬੜੇ ਹੀ ਗੁਰਮਰਜ਼ਾਦਾ ਦੇ ਅਨੁਸਾਰ ਬੜੇ ਪਿਆਰ ਅਤੇ ਸਤਿਕਾਰ ਨਾਲ ਸਾਰੀ ਸੰਗਤ ਨੇ ਸਹਿਯੋਗ ਦਿੱਤਾ ਹੈ। ਇਲਾਕਾ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਆ। ਇਹੋ ਜਿਹੜੇ ਕਾਰਜ ਨੇ ਇਸ ਲਈ ਕਰਵਾਏ ਜਾਂਦੇ ਹਨ, ਕਈ ਵਾਰ ਗਰੀਬ ਪਰਿਵਾਰਾਂ ਦੇ ਵਿੱਚ ਜੋ ਮਹਿੰਗਾਈ ਦਾ ਯੁੱਗ ਆ, ਉਹਦੇ ਵਿੱਚ ਸੜਕੋ ਕਾਰਜਾਂ ਦੇ ਵਿੱਚ ਇੰਨੀ ਸਮਰੱਥਾ ਹੀ ਨਹੀਂ ਹੁੰਦੀ ਵੀ ਖਰਚਾ ਕਰਨ ਦੀ। ਅਸੀਂ ਇੱਕ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਸਾਰਿਆਂ ਹੀ ਇਕੱਠਿਆਂ ਹੋ ਕੇ ਇੱਕ ਮੀਟਿੰਗ ਕਰਕੇ ਉਪਰਾਲਾ ਕੀਤਾ ਹੈ ਵੀ ਇਹ ਹਰ ਸਾਲ ਦੇ ਅੱਗੇ ਵੀ ਅਸੀਂ 2-3 ਵਾਰ ਜੋ ਵੀ ਸਮਾਗਮੇ ਕਰਵਾ ਰਹੇ ਹਾਂ। ਪਿਛਲੇ ਸਾਲ ਹੀ ਕਰਵਾਏ ਸੀ, ਪਿਛਲੇ ਸਾਲ ਬਾਬਾ ਜੀ ਕਿੰਨੇ ਹੋਏ? 8 ਪਿਛਲੇ ਸਾਲ ਅਸੀਂ ਆਨੰਦ ਕਾਰਜ 8 ਕਰਵਾਏ ਸੀ ਬੱਚੇ ਬੱਚੀਆਂ ਦੇ, ਇਸ ਸਾਲ ਅਸੀਂ 5 ਕਰਵਾਏ ਆ। ਸਾਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਮਨ ਨੂੰ ਖੁਸ਼ੀ ਆ। ਇਸ ਚੀਜ਼ ਦਾ ਅਸੀਂ ਇਹਨਾਂ ਦੇ ਵਿਸ਼ਵਾਸ ਵੀ ਬਹੁਤ ਕਰਦੇ ਹਾਂ, ਕਿਉਂ ਸਾਡਾ ਆਪਣਾ ਹੀ ਨਗਰ ਆ। ਇਹ ਜੋ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ, ਇਹਨਾਂ ਨੇ ਇਹਨਾਂ ਦਾ ਤਪ ਸਥਾਨ ਵੀ ਜਾਣਿਆ ਜਾਂਦਾ, ਜਨਮ ਸਥਾਨ ਵੀ ਨਾਲ ਜਾਣਿਆ ਜਾਂਦਾ। ਜਦੋਂ ਇਹ ਇਮਾਰਤ ਨੂੰ ਤਿਆਰ ਕਰਕੇ ਇਹਨਾਂ ਨੇ ਸਾਡੇ ਸੰਗਤ ਦੇ ਵਿੱਚ ਸੰਬੋਧਨ ਕਰਦਿਆਂ ਡਿਊਟੀ ਲਗਾ ਦਿੱਤੀ ਸੰਗਤਾਂ ਦੀ ਵੀ 13 ਫੱਗਣ ਵਾਲੇ ਦਿਨ ਇੱਥੇ ਜੋੜ ਮੇਲਾ ਕਰਵਾਇਆ ਜਾਵੇ। ਸਾਰੀ ਸੰਗਤ ਪਿਆਰ ਅਤੇ ਸਤਿਕਾਰ ਨਾਲ ਇਸ ਚੀਜ਼ ਨੂੰ ਮੰਨਦੀ ਹੋਈ ਅੱਜ ਤੱਕ ਉਸ ਤਰ੍ਹਾਂ ਪਰੰਪਰਾ ਚੱਲਦੀ ਆ ਰਹੀ ਆ। ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਧੰਨ ਧੰਨ ਬਾਬਾ ਦਰਸ਼ਨ ਕੁੱਲੀ ਵਾਲਿਆਂ ਦੇ ਜਨਮ ਸਥਾਨ 'ਤੇ ਸੇਵਾਦਾਰ ਹਾਂ ਜੀ। ਅਤੇ ਇੱਥੇ ਜੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਇੱਥੇ ਲੜਕੀਆਂ ਦੇ ਕਾਰਜ ਹੁੰਦੇ ਨੇ ਜੀ, ਅਤੇ ਇਲਾਕਾ ਨਿਵਾਸੀ ਪਿੰਡ ਦੇ ਸਾਰੇ ਜਿਹੜੇ ਮੋਹਤਬਰ ਸੱਜਣ ਨੇ ਉਹਨਾਂ ਦੇ ਸਹਿਯੋਗ ਲਿਆ ਜਾਂਦਾ ਜੀ। ਅਤੇ ਇੱਥੇ ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਜੋ ਕਿ 13 ਫੱਗਣ ਵਾਲੇ ਦਿਨ ਸਾਨੂੰ ਇਹ ਗੁਰਦੁਆਰਾ ਸਾਹਿਬ ਤਿਆਰ ਕਰਕੇ ਦੇ ਕੇ ਗਏ ਸੀ,
ਅਤੇ ਉਹ ਕਹਿੰਦੇ ਸੀ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਕਰੋ, ਇੱਥੇ ਅਸੀਂ ਮੇਲਾ ਕਰਵਾਉਂਦੇ ਹਾਂ ਹਰ ਸੰਗਰਾਂਦ ਦੇ ਉੱਤੇ, ਅਸੀਂ ਇੱਥੇ ਅਖੰਡ ਪਾਠ ਸਾਹਿਬ ਵੀ ਰਖਾਈਦੇ ਆ, ਇੱਥੇ ਸਾਰਾ ਨਗਰ ਸਾਡਾ ਸ੍ਰੀ ਅਖੰਡ ਪਾਠ ਸਾਹਿਬ ਜਦੋਂ ਸੰਗਰਾਂਦ ਹੁੰਦੀ ਆ ਜੀ ਸਾਰਾ ਨਗਰ ਇਕੱਠਾ ਹੁੰਦਾ, ਇੱਥੇ ਦੋ ਦੋ ਤਿੰਨ ਤਿੰਨ ਅਖੰਡ ਪਾਠ ਸਾਹਿਬ ਸਾਡੇ ਆਰੰਭ ਹੁੰਦੇ ਨੇ, ਸਾਰੇ ਨਗਰ ਦਾ ਬਹੁਤ ਜ਼ਿਆਦਾ ਸੰਯੋਗ ਆ। ਹੁਣ ਇੱਥੇ ਜਿਹੜੀਆਂ ਬੇਟੀਆਂ ਦੇ ਆਨੰਦ ਕਾਰਜ ਕਰਵਾਏ ਆ, ਪਿਛਲੀ ਵਾਰੀ ਕਰਵਾਏ ਸੀ, ਐਨਕੀ ਵੀ ਕਰਵਾਏ ਆ ਜੀ, ਅਤੇ ਇਹ ਸਾਰੇ ਨਗਰ ਦੇ ਸੰਯੋਗ ਨਾਲ ਹੋਇਆ ਜੀ। ਜੋ ਉਹਨਾਂ ਦਾ ਘਰੇਲੂ ਸਮਾਨ ਆ ਉਹ ਸਾਡੇ ਤੋਂ ਵੱਧ ਇੱਥੇ ਸੇਵਾਦਾਰਾਂ ਨੇ ਸਾਨੂੰ ਕੀਤਾ ਪਿਆਰ ਸਤਿਕਾਰ, ਜੋ ਵੀ ਸਾਡੇ ਕੋਲ ਹੋ ਗਿਆ ਵੱਧ ਤੋਂ ਵੱਧ ਉਹਨਾਂ ਦਾ ਦੇਣਗੇ। ਹੋਰ ਪਿੰਡ 'ਚੋਂ ਵੀ ਲੋਕ ਜੋ ਵੀ ਉਹਨਾਂ ਨੂੰ ਸਮਾਨ ਦੇ ਰਹੇ ਆ, ਅਸੀਂ ਅਗਾਂਹ ਵਾਸਤੇ ਬੇਨਤੀ ਕਰਦੇ ਹਾਂ ਵੀ ਜੋ ਨਗਰ ਦੇ ਹੋਰ ਲੋਕ ਨੇ ਉਹ ਵੀ ਆਪਣਾ ਆਣ ਕੇ ਵਿੱਚ ਸਹਿਯੋਗ ਦੇਣ ਕਿ ਇਹਨਾਂ ਦੇ ਬੀਬੀਆਂ ਨੂੰ ਭੈਣਾਂ ਜੋ ਵੀ ਵੱਧ ਤੋਂ ਵੱਧ ਇਹਨਾਂ ਦਾ ਘਰੇਲੂ ਸਮਾਨ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।